ਅਸਲਾਮ ਵਾਲੇਕਮ ਦੋਸਤੋ ਤੁਸੀਂ ਦੇਖ ਰਹੇ ਹੋ ਬਾਬਾ ਫਰੀਦ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ پرویز ਚਦੜ ਤੇ ਸਭ ਤੋਂ ਪਹਿਲੇ ਆਪਣੇ ਚੈਨਲ ਬਾਬਾ ਫਰੀਦ ਨੂੰ ਕਰੋ ਸਬਸਕ੍ਰਾਈਬ ਔਰ ਨਾਲ ਦਿੱਤੇ ਗਏ ਘੰਟੀ ਦੇ ਬਟਨ ਨੂੰ ਕਰੋ ਪ੍ਰੈਸ ਤਾਂ ਕਿ ਮੇਰੀ ਲੇਟੈਸਟ ਵੀਡੀਓ ਵੀਰਾਂ ਦੋਸਤਾਂ ਤੱਕ ਬਸ ਆਸਾਨੀ ਸਭ ਤੋਂ ਪਹਿਲੇ ਪਹੁੰਚੇ ਔਰ ਸਭ ਤੋਂ ਪਹਿਲੇ ਦੇਖੋ ਅੱਜ ਦੀ ਵੀਡੀਓ ਵਿੱਚ ਬਾਬਾ ਫਰੀਦ ਦੇ ਤੋਹਫਾ ਲੈ ਕੇ ਜਨਾਬ ਆਏ ਆ ਔਰ ਵੀਰਾਂ ਦੀ ਨਜ਼ਰ ਕੀਤਾ ਜਨਾਬ ਕੈਮਰੇ ਦੀ ਨਜ਼ਰ ਕੀਤਾ ਚੋਲਸਤਾਨੀ ਕਰਾਸ ਗਾਂ ਦੂਸਰਾ ਸੂਬਾ ਬਿਲਕੁਲ ਤਾਜ਼ਾ ਸੂਈ ਜਨਾਬ 7 ਤੋਂ 8 ਘੰਟੇ ਹੋ ਗਏ ਸੂਈ ਨੂੰ ਜਨਾਬ ਰਾਤੀ ਤੇ ਗਾਂ ਦੂਸਰਾ ਸਵੇਰ ਸੂਏ ਜਨਾਬ ਤੇ 7 ਲੀਟਰ ਬੋੜੀ ਦੀ ਚੋਾਈ ਹੈ ਮਾਲਕ ਦਾ ਬਕੌਲ ਕਹਿਣੇ ਤੇ ਪਿਛਲੇ ਸੂਏ 12 ਤੋਂ 13 ਲੀਟਰ ਦੁੱਧ ਦੀ ਚੋਾਈ ਸੀ ਪਹਿਲੇ ਸੂਏ ਤੇ ਮਾਸ਼ਾਅੱਲਾ ਸੋਹਣੇ ਥਣ ਮੁੱਠ ਮੁੱਠ ਦੇ ਲੱਗੇ ਨੇ ਜਨਾਬ ਦੇਖੋ ਸੋਹਣਿਆ ਦੇਖੋ ਰਾਤ ਦੇ ਵਿੱਚ ਮਾਸ਼ਾਅੱਲਾ ਵੀਰਾਂ ਦੀ ਨਜ਼ਰ ਹੈ ਕੈਮਰੇ ਦੀ ਨਜ਼ਰ ਹੈ ਬੋੜਾ 7 ਸੇ ਤੋਂ ਹਾਂ 7 ਸੇ ਇਨਸ਼ਾਅੱਲਾ ਤੋ ਤਸੱਲੀਆ ਕਰੀਆਂ ਨੇ ਵੀਰਾਂ ਦੋਸਤਾਂ ਨੇ ਤੇ ਮੌਕੇ ਦੀ ਨਿਸ਼ਬਤ ਤਸੱਲੀਆ ਕਰਾਵਾਂਗੇ ਤੇ ਮਾਸ਼ਾਅੱਲਾ ਪੂਰਾ ਕੱਦ ਦੇ ਆਪਣੇ ਜਨਾਬ ਔਰ ਪੂਰੇ ਖੂਨ ਰਾਤ ਦੇ ਵਿੱਚ ਤਸੱਲੀਆ ਕਰ ਲੋ ਇਨ ਸ਼ਾ ਅੱਲਾਹ ਤਾਲਾ ਔਰ ਮਾਲਕ ਦੀ ਡਿਮਾਂਡ ਹੈ ਜਨਾਬ 1 ਲੱਖ ਤੇ 50 ਹਜ਼ਾਰ ਰੁਪਇਆ ਲੇਕਿਨ ਮੌਕੇ ਦੀ ਨਿਸਬਤ ਕਰਦੇ ਆ ਕਰਾਉਂਦੇ ਆ ਜਨਾਬ ਫਾਈਨਲ ਤੋਂ ਫਾਈਨਲ ਰੇਟ ਜਨਾਬ 1 ਲੱਖ ਤੇ 35 ਹਜ਼ਾਰ ਰੁਪਇਆ ਹੈ ਲੇਕਿਨ ਇਹਦੇ ਵਿੱਚ ਕੋਈ 1500 ਦਾ ਤੇ ਮਜ਼ੀਦ ਹੋ ਜਾਵੇ ਤੇ ਉਹ ਵੀ ਗੱਲ ਕਹਿਣ ਦੀ ਹੈ ਲੇਕਿਨ ਉਹਦਾ ਮਾਲਕ ਦਾ ਫਾਈਨਲ ਰੇਟ ਹੈ ਉਹਨੇ ਹਰ ਚੀਜ਼ ਦਾ ਡਿਸਕਾਊਂਟ ਕਰਕੇ ਉਹਨੇ ਕਿਹਾ ਜੀ ਫਾਈਨਲ ਹੈ ਅਗਰ ਕੋਈ ਭਾਈ ਦੋਸਤ ਵੀਰ ਪਸੰਦ ਕਰੇ ਤੇ 1 ਲੱਖ 35 ਹਜ਼ਾਰ ਰੁਪਇਆ ਫਾਈਨਲ ਹੈ ਤੇ ਉਮੀਦ ਕਰਾਂਗੇ ਸਾਡੀ ਅੱਜ ਦੀ ਵੀਡੀਓ ਜ਼ਰੂਰ ਪਸੰਦ